ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਅੱਜ ਆਪਾਂ ਮਾਪਕ ਦੀ ਵਰਤੋਂ ਕਰਦੇ ਹੋਏ ਉਸ ਵਿੱਚ ਦਿੱਤੇ ਤਰਲ ਦੀ ਮਾਤਰਾ ਮਾਪਣਾ ਸਿੱਖਾਂਗੇ। ਆਓ ਸ਼ੁਰੂ ਕਰਦੇ ਹਾਂ। ਪਿਆਰੇ ਬੱਚਿਓ, ਇਹ ਮੇਰੇ ਕੋਲ ਇੱਕ ਮਾਪਕ ਹੈ। ਮਾਪਕ ਉਹ ਬਰਤਨ ਹੁੰਦਾ ਹੈ ਜਿਸ ਉੱਪਰ ਤਰਲ ਨੂੰ ਮਾਪਣ ਲਈ ਧਾਰਨ ਸਮਰੱਥਾ ਲਿਖੀ ਹੁੰਦੀ ਹੈ। ਜਿਵੇਂ ਇਸ ਮਾਪਕ ਉੱਤੇ ਲੀਟਰਾਂ ਵਿੱਚ 4 ਲੀਟਰ ਤੱਕ ਧਾਰਨ ਸਮਰੱਥਾ ਲਿਖੀ ਹੋਈ ਹੈ। ਆਓ ਇਸ ਮਾਪਕ ਨਾਲ ਤਰਲ ਦੀ ਵੱਧ ਘੱਟ ਅਤੇ ਬਰਾਬਰ ਮਾਤਰਾ ਪਤਾ ਕਰਦੇ ਹਾਂ। ਪਿਆਰੇ ਬੱਚਿਓ, ਇੱਥੇ ਮਾਪਕ ਵਿੱਚ ਤਰਲ ਦੀ ਕੁਝ ਮਾਤਰਾ ਦਿੱਤੀ ਹੋਈ ਹੈ। ਦੇਖੋ ਕੀ ਇਹ 1 ਲੀਟਰ ਜਾਂ ਇਸ ਤੋਂ ਘੱਟ ਜਾਂ ਵੱਧ ਹੈ? ਸ਼ਾਬਾਸ਼, ਇਹ ਮਾਤਰਾ 1 ਲੀਟਰ ਤੋਂ ਘੱਟ ਹੈ। ਬੱਚਿਓ, ਹੁਣ ਇਸ ਮਾਪਕ ਵਿੱਚ ਤਰਲ ਦੀ ਮਾਤਰਾ ਦੇਖੋ, ਕੀ ਇਹ 2 ਲੀਟਰ ਤੋਂ ਘੱਟ ਜਾਂ ਵੱਧ ਹੈ? ਤਾਂ ਦੇਖੋ, ਇੱਥੇ ਤਰਲ ਦੀ ਮਾਤਰਾ 2 ਲੀਟਰ ਦੇ ਬਰਾਬਰ ਹੈ। ਬੱਚਿਓ, ਹੁਣ ਇਸ ਮਾਪਕ ਵਿੱਚ ਤਰਲ ਦੀ ਮਾਤਰਾ ਦੇਖੋ, ਕਿੰਨੀ ਹੈ ਇਸ ਮਾਪਕ ਵਿੱਚ ਤਰਲ ਦੀ ਮਾਤਰਾ? ਦੇਖੋ, ਇੱਥੇ ਤਰਲ ਦੀ ਮਾਤਰਾ 3 ਲੀਟਰ ਤੋਂ ਵੱਧ ਅਤੇ 4 ਲੀਟਰ ਤੋਂ ਘੱਟ ਹੈ। ਬੱਚਿਓ, ਇੱਥੇ ਸਾਡੇ ਕੋਲ 1 ਖਾਲੀ ਮਾਪਕ ਹੈ। ਇਸ ਵਿੱਚ ਅਸੀਂ ਰੰਗਦਾਰ ਤਰਲ ਭਰਨਾ ਹੈ। ਆਓ ਪਹਿਲਾਂ ਅਸੀਂ 1 ਲੀਟਰ ਤੋਂ ਘੱਟ ਰੰਗਦਾਰ ਤਰਲ ਭਰਦੇ ਹਾਂ। ਅਤੇ ਦੇਖੋ, ਅਸੀਂ ਇਸ ਮਾਪਕ ਵਿੱਚ 1 ਲੀਟਰ ਤੋਂ ਘੱਟ ਰੰਗਦਾਰ ਤਰਲ ਭਰ ਲਿਆ ਹੈ। ਆਓ ਬੱਚਿਓ, ਹੁਣ ਇਸ ਮਾਪਕ ਵਿੱਚ ਅਸੀਂ 2 ਲੀਟਰ ਦੇ ਬਰਾਬਰ ਤਰਲ ਭਰਦੇ ਹਾਂ। ਇਸ ਤਰ੍ਹਾਂ ਅਸੀਂ ਇਸ ਮਾਪਕ ਵਿੱਚ ਨਾ 2 ਲੀਟਰ ਤੋਂ ਵੱਧ ਅਤੇ ਨਾ ਹੀ ਘੱਟ, ਪੂਰੇ 2 ਲੀਟਰ ਦੇ ਬਰਾਬਰ ਰੰਗਦਾਰ ਤਰਲ ਭਰ ਲਿਆ ਹੈ। ਆਓ ਬੱਚਿਓ, ਹੁਣ ਇਸ ਮਾਪਕ ਵਿੱਚ ਅਸੀਂ 3 ਲੀਟਰ ਤੋਂ ਵੱਧ ਰੰਗਦਾਰ ਤਰਲ ਭਰਦੇ ਹਾਂ। ਇਸ ਮਾਪਕ ਵਿੱਚ ਅਸੀਂ ਰੰਗਦਾਰ ਤਰਲ ਭਰ ਲਿਆ ਹੈ ਅਤੇ ਦੇਖੋ, ਇਸ ਦੀ ਮਾਤਰਾ 3 ਲੀਟਰ ਤੋਂ ਵੱਧ ਹੈ। ਪਿਆਰੇ ਬੱਚਿਓ, ਸਾਡੇ ਕੋਲ ਇੱਥੇ ਪਾਣੀ ਦਾ ਭਰਿਆ ਹੋਇਆ 1 ਗਲਾਸ ਅਤੇ 1 ਖਾਲੀ ਜੱਗ ਹੈ। ਅਨੁਮਾਨ ਲਗਾਓ, ਕਿੰਨੇ ਗਲਾਸ ਪਾਣੀ ਪਾਉਣ ਨਾਲ ਇਹ ਜੱਗ ਭਰ ਜਾਵੇਗਾ? ਮੇਰਾ ਅਨੁਮਾਨ ਹੈ 5 ਗਲਾਸ। ਆਓ ਹੁਣ ਇਸ ਜੱਗ ਵਿੱਚ ਪਾਣੀ ਪਾ ਕੇ ਦੇਖਦੇ ਹਾਂ ਕਿ ਅਸਲ ਵਿੱਚ ਕਿੰਨੇ ਗਲਾਸ ਪਾਣੀ ਪਾਉਣ ਨਾਲ ਇਹ ਜੱਗ ਭਰੇਗਾ। ਪਾਣੀ ਦਾ ਇਹ ਗਲਾਸ ਇਸ ਜੱਗ ਵਿੱਚ ਪਾ ਦਿੰਦੇ ਹਾਂ। ਹੁਣ ਪਾਣੀ ਦਾ ਇਹ ਦੂਜਾ ਗਲਾਸ ਵੀ ਇਸ ਜੱਗ ਵਿੱਚ ਪਾ ਦਿੰਦੇ ਹਾਂ। ਇਸੇ ਤਰ੍ਹਾਂ ਪਾਣੀ ਦਾ ਤੀਜਾ ਗਲਾਸ ਵੀ ਜੱਗ ਵਿੱਚ ਪਾ ਦਿੰਦੇ ਹਾਂ। ਹੁਣ ਪਾਣੀ ਦਾ ਚੌਥਾ ਗਲਾਸ ਵੀ ਇਸ ਵਿੱਚ ਪਾ ਦਿੰਦੇ ਹਾਂ। ਅਤੇ ਦੇਖੋ, ਪਾਣੀ ਦਾ 5ਵਾਂ ਗਲਾਸ ਵੀ ਅਸੀਂ ਇਸ ਵਿੱਚ ਪਾ ਲਿਆ ਹੈ। ਹੁਣ ਪਾਣੀ ਦਾ 6ਵਾਂ ਗਲਾਸ ਵੀ ਇਸ ਜੱਗ ਵਿੱਚ ਪਾਉਂਦੇ ਹਾਂ। ਅਤੇ ਦੇਖੋ, 6ਵਾਂ ਗਲਾਸ ਪਾਉਣ ਨਾਲ ਇਹ ਜੱਗ ਪੂਰਾ ਭਰ ਗਿਆ ਹੈ। ਇਸ ਤਰ੍ਹਾਂ ਇਸ ਜੱਗ ਦੀ ਅਸਲ ਸਮਰੱਥਾ 6 ਗਲਾਸ ਪਾਣੀ ਹੈ। ਬੱਚਿਓ, ਹੁਣ ਇੱਥੇ ਸਾਡੇ ਕੋਲ ਪਾਣੀ ਦਾ ਭਰਿਆ 1 ਗਲਾਸ ਅਤੇ 1 ਖਾਲੀ ਮੱਗ ਹੈ। ਅਨੁਮਾਨ ਲਗਾਓ, ਇਹ ਮੱਗ ਕਿੰਨੇ ਗਲਾਸ ਪਾਣੀ ਨਾਲ ਭਰੇਗਾ? ਆਓ ਇਸ ਮੱਗ ਵਿੱਚ ਪਾਣੀ ਪਾ ਕੇ ਦੇਖਦੇ ਹਾਂ ਕਿ ਅਸਲ ਵਿੱਚ ਕਿੰਨੇ ਗਲਾਸ ਪਾਣੀ ਪਾਉਣ ਨਾਲ ਇਹ ਮੱਗ ਭਰੇਗਾ। ਪਾਣੀ ਦਾ ਇਹ ਗਲਾਸ ਇਸ ਮੱਗ ਵਿੱਚ ਪਾ ਦਿੰਦੇ ਹਾਂ। ਪਾਣੀ ਦਾ ਦੂਜਾ ਗਲਾਸ ਵੀ ਇਸ ਮੱਗ ਵਿੱਚ ਪਾਉਂਦੇ ਹਾਂ। ਇਸੇ ਤਰ੍ਹਾਂ ਪਾਣੀ ਦਾ ਤੀਜਾ ਗਲਾਸ ਵੀ ਇਸ ਮੱਗ ਵਿੱਚ ਪਾ ਦੇਣ ਨਾਲ ਦੇਖੋ ਬੱਚਿਓ, ਇਹ ਮੱਗ ਪਾਣੀ ਨਾਲ ਪੂਰਾ ਭਰ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਮੱਗ ਦੀ ਅਸਲ ਧਾਰਨ ਸਮਰੱਥਾ 3 ਗਲਾਸ ਪਾਣੀ ਹੈ। ਪਿਆਰੇ ਬੱਚਿਓ, ਘਰ ਦੇ ਕੰਮ ਵਿੱਚ ਤੁਸੀਂ ਪੰਨਾ ਨੰਬਰ 175 ਉੱਤੇ ਦਿੱਤੇ ਇਸ ਸਵਾਲ ਵਿੱਚ ਮਾਪਕ ਵਿੱਚ ਭਰੀ ਹੋਈ ਮਾਤਰਾ ਦੇਖ ਕੇ ਹਰ ਮਾਪਕ ਦੇ ਹੇਠਾਂ ਲਿਖਣਾ ਹੈ। ਇਸ ਸਵਾਲ ਵਿੱਚ ਖਾਲੀ ਮਾਪਕ ਦਿੱਤੇ ਹਨ, ਦਿੱਤੀ ਮਾਤਰਾ ਅਨੁਸਾਰ ਮਾਪਕਾਂ ਵਿੱਚ ਰੰਗ ਭਰਨਾ ਹੈ। 5ਵੇਂ ਸਵਾਲ ਵਿੱਚ ਇੱਥੇ ਦਿੱਤੇ ਇਹਨਾਂ ਬਰਤਨਾਂ ਨੂੰ ਭਰਨ ਲਈ ਗਲਾਸਾਂ ਦੀ ਅਨੁਮਾਨਿਤ ਗਿਣਤੀ ਅਤੇ ਭਰ ਕੇ ਗਲਾਸਾਂ ਦੀ ਅਸਲ ਗਿਣਤੀ ਲਿਖਣੀ ਹੈ। ਧੰਨਵਾਦ।